ਹਾਂਜੀ ਸਰ, ਸਤਿ ਸ਼੍ਰੀ ਅਕਾਲ। ਹੋ ਕਿਵੇਂ? ਠੀਕ ਠਾਕ ਹੋ? ਮੇਰੇ ਚੈਨਲ ਵਾਹਿਗੁਰੂ ਸੂਰ ਪਿੰਡਿੰਗ 'ਤੇ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰੋ, ਸ਼ੇਅਰ ਜ਼ਰੂਰ ਕਰਿਆ ਕਰੋ। ਅੱਜ ਆਪਾਂ ਇੱਕ ਕੈਮਰਿਕ ਦਾ ਪਿੰਕ ਕਲਰ ਦਾ ਸੂਟ ਆ ਮੇਰਾ, ਇਹ 'ਤੇ ਆਪਾਂ ਪੇਂਟ ਕਰਾਂਗੇ। ਮੈਂ ਡਰੋ ਹੱਥ ਦੇ ਨਾਲ ਹੀ ਕੀਤਾ ਹੋਇਆ, ਜੱਜਮੈਂਟ ਲਈ ਹੋਈ ਹੈ ਇਹ ਚੌਕ ਦੇ ਨਾਲ ਹੀ। ਸੋ ਆਪਾਂ ਸਟਾਰਟ ਕਰਦੇ ਹਾਂ। ਜਿਹੜਾ ਵੀ ਫਲਾਵਰ ਮੈਂ ਪਾਉਂਦੀ ਹਾਂ ਵੀਡੀਓ ਫਲਾਵਰ ਦੀ, ਜ਼ਰੂਰ ਹੀ ਉਹ ਬਣਾ ਕੇ ਦੇਖਿਆ ਕਰੋ। ਇਹ ਕੈਮਰਿਕ ਜਿਹੜੀ ਹੈਗੀ ਹੈ ਤਾਂ ਕੱਪੜਾ ਤਾਂ ਬਹੁਤ ਸੋਹਣਾ, ਇਹ ਬਹੁਤ ਵਧੀਆ ਵਧੀਆ ਵਿੱਚ ਆ, ਪਰ ਅੱਡੇ 'ਤੇ ਕਸ ਨਹੀਂ ਕਸਿਆ ਨਹੀਂ ਜਾਂਦਾ। ਦੇਖੋ ਥੋੜ੍ਹੇ ਬਹੁਤ ਡੈਸਰੇਟਰ ਨੇ, ਅੱਡੇ 'ਤੇ ਕਸਣ ਲਈ ਬਹੁਤ ਹੀ ਪ੍ਰੋਬਲਮ ਹੁੰਦੀ ਹੈ ਇਹਨੂੰ। ਹੁਣ ਮੈਂ ਹੱਥ ਦੇ ਨਾਲ ਪੂਰਾ ਟਾਈਟ ਕਰਕੇ ਫਿਰ ਇਹਨੂੰ ਪੇਂਟ ਕਰ ਰਹੀ ਹਾਂ। ਇਹ ਕਲਰ ਵੀ ਇਹਦੇ ਉੱਤੇ ਬਹੁਤ ਜ਼ਿਆਦਾ ਸੁੱਕ ਰਿਹਾ। ਜਿਹੜੀ ਥੋੜ੍ਹੀ ਜਿਹੀ ਪਤਲੀ ਕੈਮਰਿਕ ਹੁੰਦੀ ਹੈ ਉਹਦੇ ਉੱਪਰ ਜਦੋਂ ਆਪਾਂ ਪੇਂਟ ਕਰਦੇ ਹਾਂ ਉਹਦੇ 'ਤੇ ਰੰਗ ਫੈਲਦਾ ਜਾਂਦੇ ਆ। ਕੱਪੜਾ ਤਾਂ ਬਹੁਤ ਸੋਹਣਾ ਕੱਪੜਾ, ਕਾਫੀ ਵਧੀਆ ਚਾਹੇ। ਬਾਕੀ ਇੱਕ ਮੈਨੂੰ ਮੈਸੇਜ ਆਇਆ ਸੀ, ਕਹਿੰਦੇ ਸੀ ਡਰੋ ਤੁਸੀਂ ਕਾਹਦੇ ਨਾਲ ਕਰਦੇ ਆ? ਡਰੋ ਜਿਸ ਤਰ੍ਹਾਂ ਮੈਂ ਜਿਵੇਂ ਹੁਣ ਚੌਕ ਨਾਲ ਕੀਤਾ ਹੋਇਆ, ਵੈਸੇ ਵੀ ਹੱਥ ਨਾਲ ਵੀ ਕੋਈ ਲੈ ਕੇ ਪੈਨਸਲ ਵਗੈਰਾ ਉਹਦੇ ਨਾਲ ਕਰ ਲਈਦਾ। ਪੈਨਸਲ ਮੈਂ ਉਦੋਂ ਵਰਤਦੀ ਹੁੰਦੀ ਹਾਂ ਜਦੋਂ ਕੋਈ ਡਾਰਕ ਕਲਰ ਕਰਨਾ ਹੋਵੇ, ਵੀ ਪੈਨਸਲ ਥੱਲੇ ਜਿਹੜੀ ਜਿਹਦਾ ਉਹਦਾ ਨਿਸ਼ਾਨ ਆ ਉਹ ਲੁਕ ਜਾਣ ਥੱਲੇ। ਪੈਨਸਲ ਮੈਂ ਹਰ ਇੱਕ ਕੱਪੜੇ 'ਤੇ ਨਹੀਂ ਵਰਤਦੀ, ਜਾਂ ਫਿਰ ਕਦੇ ਮੇਰੀ ਮਜਬੂਰੀ ਬਣ ਜਾਵੇ, ਮੇਰੇ ਕੋਲ ਵੀ ਹੈ ਨਹੀਂ ਗਾ ਡਰੋ ਕਰਨ ਵਾਲਾ। ਜੀ ਇੱਕ ਸਪਾਰਕਲਰ ਦਾ ਪੈੱਨ ਵੀ ਆਉਂਦਾ, ਉਹਦੇ ਨਾਲ ਵੀ ਮੈਂ ਕਰ ਲੈਂਦੀ ਹਾਂ, ਕਿਉਂਕਿ ਉਹ ਜਦੋਂ ਪੈੱਨ ਨਾਲ ਆਪਾਂ ਕਰਦੇ ਹਾਂ ਉਹ ਜਦੋਂ ਆਪਾਂ ਕਲਰ ਕਰਦੇ ਹਾਂ ਨਾ, ਪੇਂਟ ਕਰਦੇ ਹਾਂ, ਉਹ ਵਿੱਚ ਹੀ ਮਿਕਸ ਹੋ ਜਾਂਦਾ, ਉਹ ਨਿਸ਼ਾਨ ਨਹੀਂ ਛੱਡਦਾ ਆਪਦਾ। ਬਾਕੀ ਮੈਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਪ੍ਰੋਪਰ ਦੱਸੂੰਗੀ, ਇਸ ਤਰ੍ਹਾਂ ਕਈ ਵਾਰ ਨਹੀਂ ਪਤਾ ਲੱਗਦਾ। ਬਾਕੀ ਛੁੱਟੀਆਂ ਜੇ ਕਿਸੇ ਨੇ ਕਲਾਸਾਂ ਜੁਆਇਨ ਕਰਨੀਆਂ ਤਾਂ ਕਰ ਸਕਦੇ ਆ ਕੇ, ਮੈਂ ਆਫਲਾਈਨ ਕਲਾਸਾਂ ਦਿੰਦੀ ਹਾਂ।
ਜਿੰਨੀ ਦੇਰ ਆਪਾਂ ਕੱਪੜੇ ਨੂੰ ਟਾਈਟ ਨਹੀਂ ਕਰਦੇ ਉਨੀ ਦੇਰ ਪੇਂਟਿੰਗ ਵੀ ਆਪਣੀ ਵਧੀਆ ਨਹੀਂ ਹੁੰਦੀ। ਕਾਫੀ ਮੋਟਾ ਕੱਪੜਾ ਹੈ। ਸੂਟ ਮੈਂ ਬਹੁਤ ਪੇਂਟ ਕੀਤੇ ਪਰ ਮੇਰੇ ਕੋਲ ਪਹਿਲੀ ਵਾਰ ਆਇਆ ਹੈ ਕੱਪੜਾ। ਠੀਕ ਹੈ, ਇਸ ਤਰ੍ਹਾਂ ਬਣ ਗਿਆ, ਕਲੀਆਂ ਬਣ ਗਈਆਂ ਆਪਣੀਆਂ। ਹੁਣ ਪੱਤੀਆਂ ਬਣਾਵਾਂਗੇ ਆਪਾਂ। ਹਾਂਜੀ, ਪੱਤੀਆਂ ਬਣਾਵਾਂਗੇ ਹੁਣ। ਪੱਤੀਆਂ ਆਪਾਂ ਲਾਈਟ ਗ੍ਰੀਨ ਅਤੇ ਲੀਫ ਗ੍ਰੀਨ ਨਾਲ ਬਣਾਵਾਂਗੇ। ਕਈ ਇਸ ਤਰ੍ਹਾਂ ਬਣਨੀ ਆ, ਮੈਂ ਸੂਟ ਬਾਅਦ ਵਿੱਚ ਦਿਖਾਉਣੀ ਤੈਨੂੰ ਸਾਰਾ ਬਣ ਗਿਆ। ਹਾਂਜੀ, ਆਪਣਾ ਸੂਟ ਕੰਪਲੀਟ ਹੋ ਗਿਆ ਜੀ। ਇਹ ਵਾਲਾ ਘੇਰਾ ਉਹ ਦੋਨੋਂ ਬਾਜੂ ਦਾ। ਠੀਕ ਹੈ ਜੀ, ਓਕੇ ਬਾਈ, ਸਤਿ ਸ਼੍ਰੀ ਅਕਾਲ, ਮਿਲਦੇ ਅਗਲੀ ਵੀਡੀਓ 'ਤੇ।